ਹਾਂਜੀ ਦੋਸਤੋ, ਹਰ ਸ਼ਨੀਵਾਰ ਪਿੰਡ ਦੋਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੱਕਰਾ ਮੰਡੀ ਲੱਗਦੀ ਹੈ, ਜਿਹਦੇ 'ਤੇ ਦੋਸਤੋ ਬੱਕਰੀਆਂ ਤਾਂ ਆਉਂਦੇ ਹੁੰਦੇ ਆ, ਨਾਲ ਕੁੱਕੜ, ਕਬੂਤਰ, ਖਰਗੋਸ਼ ਅਤੇ ਕਾਫੀ ਤਰ੍ਹਾਂ ਦੇ ਦੋਸਤੋ ਜਾਨਵਰ ਆਉਂਦੇ ਆ। ਅਤੇ ਜੇ ਆਪਾਂ ਗੱਲ ਕਰੀਏ ਬੀਟਲ ਬੱਕਰੀਆਂ, ਬਰਬਰੀ ਬੱਕਰੀਆਂ ਅਤੇ ਚੰਗੀ ਕੁਆਲਿਟੀ ਦੀਆਂ ਜੋ ਬੱਕਰੀਆਂ ਦੋਸਤੋ ਆਉਂਦੀਆਂ ਨੇ, ਚੰਗੀ ਵੇਚ ਖਰੀਦ ਹੁੰਦੀ ਆ। ਅਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਹਰ ਸ਼ਨੀਵਾਰ ਪਿੰਡ ਦੋਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋਸਤੋ ਦੇਖੋ ਚਾਹ ਪਾਣੀ ਦੇ ਲੰਗਰ ਕਿੰਨਾ ਪ੍ਰਬੰਧ ਆ, ਛੰਗਣੀ ਛਾਂ ਦੋਸਤੋ, ਮਿੱਠਾ ਪਾਣੀ ਆ ਅਤੇ ਪ੍ਰਬੰਧ ਹੁੰਦਾ ਦੋਸਤੋ, ਅਤੇ ਚੌਲਾਂ ਦਾ ਲੰਗਰ ਵੀ ਚੱਲਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ, ਤੋਂ ਸਾਰੀਆਂ ਸੰਗਤਾਂ ਨੂੰ ਵਰਤਾਇਆ ਜਾਂਦਾ। ਅਤੇ ਦੋਸਤੋ ਜੇ ਗੱਲ ਕਰੀਏ ਕਾਫੀ ਜ਼ਿਆਦਾ ਜੋ ਰਸ਼ ਹੁੰਦਾ ਅਤੇ ਮੰਡੀ ਵੀ ਪੂਰੀ ਵਧੀਆ ਜੋ ਲੋਕੇਸ਼ਨ 'ਚ ਬਣੀ ਹੋਈ ਹੈ ਦੋਸਤੋ, ਅਤੇ ਤੁਸੀਂ ਹਰ ਸ਼ਨੀਵਾਰ ਸਮੇਂ ਤੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਵਪਾਰੀ ਵੀਰ ਪਹੁੰਚਿਆ ਕਰੋ। ਅਤੇ ਅੱਜ ਚੌਲ ਪਾ ਰਹੇ ਨੇ ਮਿੱਠੇ, ਲਓ ਜੀ ਸਾਡੇ ਪਿੰਡ ਦਾ ਬਹੁਤ ਮਸ਼ਹੂਰ ਹਲਵਾਈ ਗੋਰਾ ਅੱਜ ਸੰਗਤਾਂ ਵਾਸਤੇ ਚੌਲ ਬਣਾਉਣ ਜਾ ਰਿਹਾ, ਮਿੱਠੇ ਚੌਲ। ਅਤੇ ਬਾਈ ਨੇ ਗੱਲ ਕਰਦੇ ਬਈ ਕਿੰਨੇ ਮਿੰਟਾਂ 'ਚ ਬਣਾ ਦੋਗੇ ਚੌਲ, ਹੈਂ ਕਿੰਨੇ ਮਿੰਟਾਂ 'ਚ ਬਣਾ ਦੋਗੇ? 15 ਮਿੰਟਾਂ 'ਚ? ਅਤੇ ਬਹੁਤ ਵਧੀਆ ਬਾਈ ਹਲਵਾਈ ਆ, ਹਰੇਕ ਚੀਜ਼ ਬਣਾਉਂਦਾ। ਵਿਆਹ ਸ਼ਾਦੀਆਂ ਲਈ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਕਿ ਅੱਜ ਚੌਲ ਬਣ ਰਹੇ ਆ। ਸੌਂਫ ਪਾ ਦਿੱਤੀ ਆ, ਪਹਿਲਾਂ ਗੁੜ ਵਾਲਾ ਪਾਣੀ ਪਾਇਆ, ਖੰਡ, ਸੌਂਫ ਪਾ ਕੇ, ਅਤੇ ਬਾਬਾ ਜੀ ਵੀ ਖੜ੍ਹੇ ਨੇ ਗੁਰਦੁਆਰਾ ਗੁਰੂ ਨਾਨਕ ਪਾਤਸ਼ਾਹ ਜੀ, ਜੋ ਨਾਨਕ ਸਰ ਜੋ ਸੂਏ ਦੇ ਉੱਤੇ ਉੱਥੇ ਚੌਲ ਬਣ ਰਹੇ ਨੇ। ਹੋਰ ਗੁੜੇ ਹਲਵਾਈ ਕੀ ਹਾਲ ਆ? ਬਹੁਤ ਵਧੀਆ। ਇਹ ਬਈ ਫਿਰ ਇੰਨੇ ਟਾਈਮ 'ਚ ਬਣਾ ਦਿੰਦੇ ਹੈ, ਜੋ ਬਾਬਾ ਜੀ ਬਹੁਤ ਸੇਵਾ ਕਰ ਰਹੇ ਨੇ ਸਾਡੇ ਨਾਲ, ਆਏ ਸ਼ਨੀਵਾਰ ਸੇਵਾ ਕਰਾਉਂਦੇ ਨੇ ਅਤੇ ਦੋਦੇ ਨਗਰ ਵਾਸਤੇ ਸੰਗਤਾਂ ਵਾਸਤੇ ਆਈ ਕੱਢ ਕੇ ਪਾਣੀ 'ਚੋਂ ਦੂਜੂ ਕੱਢ ਲੈਣਾ ਹੱਥਾਂ ਨਾਲ, ਆਏ ਐਂ ਫੜ ਕੇ। ਹਾਂ ਅਤੇ ਬਾਈ ਮਿਸਤਰੀ ਲਈ ਬੈਠਾ ਕਹਿੰਦਾ ਫਿਰ ਵੀ ਮੈਂ ਪਿੰਡ ਦਾ ਕੰਮ ਆ ਤਾਂ ਮੈਂ ਫਿਰ ਵੀ ਆਊਂਗਾ। ਅਤੇ ਬਾਈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ, ਬਹੁਤ ਵਧੀਆ ਬੰਦਾ। ਜੇ ਪਿੰਡ ਦੇ ਵਿੱਚ ਕੋਈ ਵੀ ਪ੍ਰੋਗਰਾਮ ਆ ਖੁਸ਼ੀ ਦਾ ਗਮੀ ਦਾ, ਬਾਈ ਨੂੰ ਜ਼ਰੂਰ ਸੱਦਿਆ ਕਰੋ, ਠੀਕ ਹੈ ਜੀ। ਚੌਲਾਂ ਦਾ ਭੰਡਾਰਾ ਤਿਆਰ ਹੋ ਰਿਹਾ ਹੈ। ਇਹ ਬਾਬਾ ਜੀ ਸਾਡੇ ਨਾਲ ਬਹੁਤ ਸੇਵਾ ਕਰਾਉਂਦੇ ਨੇ। ਅਤੇ ਬਾਈ ਗੋਰੇ ਨੰਬਰ ਬੋਲ ਦਿਓ ਆਪਦਾ, ਨੰਬਰ ਕਿੰਨਾ ਤੁਹਾਡਾ, ਇਹ ਨੰਬਰ ਦੱਸ ਦਿਓ ਜੀ ਆਪਦਾ। ਨੰਬਰ 98 7 28 98 7 28 ਉਦੂਗਾ ਜੀ 32 724 32 724। ਅਤੇ ਬਾਈ ਨੰਬਰ ਵੀ ਡਿਸਪਲੇ ਕਰ ਲਗੇ ਜੀ ਇਹਦਾ, ਇਹਨਾਂ ਦੇ ਪਰਿਵਾਰ ਦਾ ਮੈਂਬਰ ਸਨੀ, ਉਹ ਆਪਣੇ ਨਾਲ ਬਹੁਤ ਸੇਵਾ ਕਰਾਉਂਦਾ ਮੁੰਡਾ, ਇਹ ਵੀ ਸੇਵਾ ਲਈ। ਇਹਨਾਂ ਦਾ ਜਿਹੜਾ ਇਹਦਾ ਬਾਈ ਦਾ ਪਿਓ ਸੀ ਨਾ, ਉਹ ਜਿਹੜੀ ਬਹੁਤ ਵੱਡੀ ਸੇਵਾ ਸੀਗੀ, ਜੇ ਕਿਸੇ ਪਸ਼ੂ ਨੂੰ ਪ੍ਰੋਬਲਮ ਪੈ ਜਾਂਦੀ ਬਈ ਭਲਾ ਅੱਧੀ ਰਾਤ ਨੂੰ ਉਠਾ ਲੈਂਦੇ ਇਹਨਾਂ ਦੀ। ਦੋਦੇ ਨਗਰ ਦੇ ਵਿੱਚ ਇਹਨਾਂ ਨੇ ਨਾ ਬੰਦੇ ਨੇ 1 ਰੁਪਈਏ ਦੀ ਵੀ ਰਵਾਨਦਾਰ ਨਹੀਂ ਹੈ, ਬਹੁਤ ਵਧੀਆ ਇਹਨਾਂ ਦਾ ਕੰਮ ਆ ਬਈ, ਅਤੇ ਪੂਰੇ ਟੌਪ ਦੇ ਹਲਵਾਈ ਆ। ਵਿਆਹ ਸ਼ਾਦੀਆਂ ਲਈ ਕਿਸੇ ਵੀ ਪ੍ਰੋਗਰਾਮ ਲਈ ਬਾਈ ਨੂੰ ਬਈ ਕੈਟਰਿੰਗ ਵੀ ਕਰਦਾ ਨਾਲ, ਇਹ ਨਹੀਂ ਗਾ ਬਈ ਤੁਹਾਨੂੰ
ਮੂਕਾ ਬੰਨ ਕੇ ਦੇਸੀ ਲੱਗਦਾ ਪਰ ਪੂਰਾ ਟੌਪ ਦਾ ਹਲਵਾਈ ਆ ਅਤੇ ਐਂ ਬਣਾ ਦਾ ਮਿੰਟਾਂ ਵਿਆਹ ਆਪਣਾ 10,000 ਬੰਦਾ ਇਕੱਠਾ ਹੋ ਜਾਵੇ ਪੂਰਾ ਵਧੀਆ ਕੰਮ ਆ ਬਾਈ ਦਾ ਅਤੇ ਲਓ ਜੀ ਚੌਲ ਬਣਾ ਕੇ ਬਾਬੇ ਜੀ ਨਾਲ ਜਾ ਰਹੇ ਹਾਂ ਅਤੇ ਇਹ ਛਕਾਵਾਂਗੇ ਸੰਗਤਾਂ ਨੂੰ ਮੰਡੀ ਦੇ ਵਿੱਚ ਪਹੁੰਚੀਆਂ ਸਾਰਿਆਂ ਨੂੰ ਜੀਓ ਆਇਆਂ ਨੂੰ ਸੋ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਭਾਵ ਮਿੱਠੇ ਚੌਲ ਤਿਆਰ ਨੇ ਸਿੱਖਾਂ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਦੇ ਦਿਨਾਂ ਕਰਕੇ ਦੋਸਤੋ ਦਿਨ ਵੱਡੇ ਹੋ ਕਰਕੇ ਜੋ ਵੀਰ ਭਰਾ ਆਉਂਦੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਏ ਜੋ ਚੌਲਾਂ ਦਾ ਲੰਗਰ ਹੁਣ ਲਗਾਇਆ ਜਾਇਆ ਕਰੇਗਾ ਹਰ ਸ਼ਨੀਵਾਰ ਮੰਡੀ 'ਤੇ ਅਤੇ ਸਾਰੇ ਸੱਜਣ ਨੂੰ ਬੇਨਤੀ ਹੈ ਵੀ ਵੱਧ ਚੜ੍ਹ ਕੇ ਪਹੁੰਚਿਆ ਕਰੋ ਤੁਹਾਡੀ ਆਪਦੀ ਮੰਡੀ ਹੈ ਤੁਹਾਡਾ ਆਪਦਾ ਇਲਾਕਾ ਤੁਹਾਡਾ ਪਿੰਡ ਦੋ ਦਾ ਦੋਸਤੋ ਬਹੁਤ ਮਸ਼ਹੂਰ ਪਿੰਡ ਆ ਅਤੇ ਵੱਧ ਚੜ੍ਹ ਕੇ ਪਹੁੰਚੋ ਦੂਰੀ ਵੀ ਆ ਗਿਆ ਪਾਣੀ ਪਾ ਤੱਤੇ ਤਾਂ ਬੱਕਰ ਠੀਕ ਨੇ ਮੰਡੀ ਦਾ ਮੈਂਬਰ ਆ ਬੈਗ ਪਾਈ ਫਿਰਦਾ ਪਹਿਲਾਂ ਨਹੀਂ ਇਹਨਾਂ ਨੇ ਤਾਂ ਹੋਰ ਟੱਪਾ ਸੁਣੀ ਕਾ 3,000 ਰੁਪਏ
ਉੱਥੇ ਕਰਾ ਦੇ ਯਾਰ, ਉੱਥੇ ਹੋਊਗਾ ਬਾਈ। ਤੁਸੀਂ ਉੱਥੇ ਮੰਗਿਆ ਸੀ ਨਾ ਇਹਨਾਂ ਕੋਲੋਂ, ਕਿੰਨਾ ਮੰਗਿਆ ਸੀ ਉਹਦੇ, ਇਹਨਾਂ ਕੋਲ ਬੱਕਰਾ ਮੰਗਿਆ ਸੀ ਕਿਸੇ ਤਰ੍ਹਾਂ ਦਾ, ਉਹਦਾ ਤਾਂ ਮੈਂ ਗੋਲ ਗੱਲ ਕਰਦਾ ਬਈ, ਟਾਈਮ ਟਾਈਮ ਦੇ ਨਹੀਂ 3500 ਇਹਨਾਂ ਦਾ ਲਾਇਆ, 3500 ਦਾ ਦੇ ਯਾਰ, 3500 ਤੋਂ ਵੱਧ ਲਾਇਆ ਇਹਨੇ ਉੱਤੇ ਵੀ, ਆਪਣੀ ਕੋਈ ਇਹਨਾਂ ਨਾਲ ਕੋਈ ਗਦਾਈ ਨਹੀਂ, ਗੱਲ ਉਹ ਕੰਮ ਨਹੀਂ ਕਰਦੇ ਆਪਾਂ, ਕਿਹੜਾ ਲੈਂਦਾ ਕੌਣ ਹੈ ਕਿੰਨੇ ਦਾ ਇੱਕ ਗੱਲ ਬੋਲਦੇ ਫਿਰ ਇਹਨਾਂ ਤੋਂ ਪੁੱਛ ਲੈਣਾ ਮੈਂ, ਨਹੀਂ ਮੈਂ ਫਿਰ 4000 ਦੂ ਸੀਗਾ ਤੇਰਾ ਕਰਕੇ, ਠੀਕ ਆ 4500 ਕਿਹਾ ਸੀ, ਠੀਕ ਆ 3500 ਬੋਲੀ ਲੱਗ ਗਈ ਚਾਰ ਹਜ਼ਾਰ, ਬੋਲੋ ਬਾਈ ਬੋਲੋ, ਕਿੱਧਰ ਬੋਲੀ ਵਾਲੇ ਛੇਤੀ ਬੋਲੀ ਚੱਲੋ ਹੁਣ ਜਿਹੜੇ ਲਾਉਂਦੇ ਸੀਗੇ ਬੋਲਦੇ ਨਹੀਂ, ਹੋਰ ਖਾਲਸਾ ਕਿੱਧਰ ਗਿਆ ਗੁਰਲਾਲ, ਕਿੱਧਰ ਗਿਆ ਬੋਲੀ ਤਾਂ ਲਾ ਦੇ, ਹੌਸਲਾ ਤਾਂ ਵਧਾ ਦੇ, ਚਾਰ ਤੇ ਥੋੜੀ ਬੰਦ ਕਰਨੀ ਆ, ਕੁਲਦੀਪ ਲਾ ਜਾ, ਤਰਤਾਲੀ ਸੋ ਇੱਕ ਤਰਤਾਲੀ ਸੋ ਦੋ ਤੇ ਤਰਤਾਲੀ ਸੋ ਤਿੰਨ ਜ਼ੋਰ ਲਾ ਲੋ ਅਭਿਹੂਰੀ ਆ ਗਈ, 3000 3100
ਲਾਲ 3502 ਤੇ 3503 ਆ ਕਿਹਦੇ ਕਿਹਨੇ ਫਾਇਆ ਸੀ ਕਿੰਨੇ ਦਿਨ 3500 ਲਗਾਈ ਮੈਂ ਕਰ3300 4002 ਤੇ 4403 ਹਾਂ ਬਈ ਕਿੰਨੇ ਦਾ ਪੰਜ ਦਾ ਵਿੱਚ ਨੂੰ ਕਰਦਾ ਤਿੱਖਾ ਬਣਦਾ ਲਿਖਾਈ ਮੈਂ ਕਰਾ ਲੂੰ ਚੇਰੀ ਤੋਂ 45 ਤੂੰ ਕਰਾ ਦੀ ਕਿਵੇਂ ਸਪਰੇ ਪੈ ਦੇਗਾ ਮੈਨੂੰ ਤੈਨੂੰ ਕਰਾਉਂਦਾ ਹੀ ਨਹੀਂ ਤੈਨੂੰ ਬਿੱਲੂ ਬੱਕਰੀ ਲਈ ਆ ਬਾਬੇ ਨੇ ਕਿੰਨੇ 6000 ਦੀ 6000 ਦੀ ਬੱਕਰੀ ਲਈ ਵੀ ਆ ਬਾਬੇ ਬਾਬਾ ਜੀ ਪੈਸੇ ਕਿਨਾ ਦਿਓ ਵੀਡੀਓ ਚ ਖਰੀਦਦਾਰ ਦਾ ਨਾਂ ਚੱਲਦਾ ਗੂਗਲ ਪੇ ਚੱਲਦਾ ਤੇਰੇ ਖਾਤੇ ਚ ਹੋਣਗੇ ਪਾਸੇ ਬੱਸ ਲੈ ਹੋ ਜਾ ਸਾਈਡ ਤੇ ਬਾਬਾ ਤੂੰ ਵੀ ਭਰਾ ਜਾ ਬਾਬਾ ਇੱਧਰ ਲੈ